पंजाब के जिला पटियाला ब्लाक नाभा के पिंड मंडौत विखे उदो माहौल तनावपूर्ण हो गया जदों पंचायती जमीन की बोली नूं लैके एसी भाईचारे के पिंड वासी पुलिस प्रशासन के नाल ही उलझ गए, जिस विच पुलिस रोटी पुल के इंचार्ज अते एक महिला कांस्टेबल भी जख्मी हो गई जो नाभा के सरकारी अस्पताल विखे जेरे इलाज सन। एसी भाईचारे की 39 एकड़ जमीन की बोली नूं लैके यह तकरार सामने आई है। एसी भाईचारे के लोगों की मंग सी कि बोली पिछली बोली दे नालों घट की जाए और लगातार तीन बोलियां रद्द होने तो बाद अज जो बोली पूरी चढ़ी तो उस तो बाद एसी भाईचारे के लोग अपना आपा गुआ बैठे और उत्थे मौजूद रोड़े और लाठियां दे नाल ताबड़तोड़ पुलिस से हमला कर दिता। इस मौके नाभा के डीएसपी दविंदर अत्री ने कहा कि जिस व्यक्ति ने भी कानून अपने हाथ में लिया असीं उन्होंने खिलाफ कानूनी कार्रवाई आरंभ कर रहे हैं। इस मौके पिंड के पंचायत मैंबर जतिंदर सिंह ने दसिया कि पिंड के 39 एकड़ जमीन के प्लाटा नूं लैके एसी भाईचारे के लोगों वालों हुलड़बाजी की गई और रोड़े और डांगा पुलिस से वराईया गई। पुलिस की सूझबूझ के चलदियां बहुत वड्डा बचाव हो गया जिस विच पुलिसकर्मी भी फट्टड़ हुए हैं। पूरे घटनाक्रम नूं लैके नाभा के डीएसपी दविंदर अत्री ने की कुछ कहा तुसीं भी जरूर सुनो। तीन टक्कां दी बोली हुई है एसी भाईचारे दी, उन्हां जो डिमांड सी भी एसी भाईचारे दी बोली जिहड़ी आ उह एसी भाईचारे दी जिहड़ी आ धर्मशाला विच होणी चाहीदी आ, जिस ते वीडियो दफ साहब ने यह बोली भी उत्थे धर्मशाला विच कीती गई बोली, क्योंकि यह एसी भाईचारे दी एसी भाईचारे भी पिंड दे जो तीन बंदे ने तरसेम सिंह जागर सिंह इन्हां वल्लों एसी भाईचारे दे बंदे ने इन्होंने बोली जिहड़ी आ ले गए। कुछ पर कुछ व्यक्ति जिहड़े शरारती बंदे सीगे पिंड दे ते बाहरों उन्होंने उत्थे थोड़ा कलर पाया अते सरकारी कर्मचारियों उपर पत्थर अते लाठियां चलाईयां, जिस दे तहत पंजाब पुलिस ने ड्यूटी मजिस्ट्रेट दे हाजरी विच थोड़ा हल्का बल प्रयोग किया। उन्हां वल्लों कीती इस घटना दौरान साढ़े चौंकी चार रोटी ਅਤੇ ਸਾਡੇ ਦੋ ਤਿੰਨ ਮੁਲਾਜ਼ਮ ਜਿਹੜੇ ਲੇਡੀ ਇਹਨਾਂ 'ਚ ਲੇਡੀ ਪੁਲਿਸ ਵੀ ਆ ਉਹ ਵੀ ਜ਼ਖਮੀ ਹੋਏ। ਬਾਕੀ ਹੁਣ ਅਸੀਂ ਜਿਹੜੀ ਆ ਇਹਨਾਂ ਦੇ ਬਿਆਨ ਲੈ ਰਹੇ ਹਾਂ, ਜੋ ਅੱਗੇ ਕਾਨੂੰਨੀ ਕਾਰ ਜਿਹੜੀ ਆ ਉਹ ਅਸੀਂ ਖਰਾਬ ਕਰਵਾਈ ਉਹ ਬਿਆਨ ਲਿਖਾ ਰਹੇ ਹਾਂ ਜਿਹੜੇ ਸੈਕਟਰੀ ਸਾਹਿਬ ਨੇ, ਕਿਉਂਕਿ ਉਹਨਾਂ ਡਿਊਟੀ 'ਚ ਵਿਘਨ ਪਾਇਆ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਜਿਹੜੀਆਂ ਸੱਟਾਂ ਲੱਗੀਆਂ ਨੇ ਉਹ ਜਿਹੜੀ ਕਾਰਵਾਈ ਕੀਤੀ ਜਾ ਰਹੀ। ਟੋਟਲ ਜਿਹੜੀ 116 ਏਕੜ ਜ਼ਮੀਨ ਹੈ ਜੀ, ਪਰ ਰਿਜ਼ਰਵ ਕੈਟੇਗਰੀ ਵਾਲੀ ਜਿਹੜੀ ਜ਼ਮੀਨ ਹੈ ਉਹ ਤਕਰੀਬਨ 39 ਏਕੜ ਜ਼ਮੀਨ ਹੈ ਜੀ। ਬਿਲਕੁਲ, ਜੇ ਅੱਜ ਪੁਲਿਸ ਪ੍ਰਸ਼ਾਸਨ ਉਹ ਡਿਊਟੀ ਮਜਿਸਟਰੇਟ ਸਾਹਿਬ ਉਹ ਸਹੀ ਤਰੀਕੇ ਨਾਲ ਸਹੀ ਫੈਸਲਾ ਨਾ ਲੈਂਦੇ ਜਾਂ ਉਹ ਭੀੜ ਨੂੰ ਕੰਟਰੋਲ ਨਾ ਕਰਦੇ ਤਾਂ ਜੋ ਹੋ ਸਕਦਾ ਵੀ ਉੱਥੇ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ। ਇਹ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਅੱਜ ਸਾਡੇ ਪਿੰਡ ਦੇ ਵਿੱਚ ਵਾਪਰੀ ਹੈ, ਕਿਉਂਕਿ ਅਸੀਂ ਸਾਡੀ ਗ੍ਰਾਮ ਪੰਚਾਇਤ ਮਰੌੜ ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਦੇ ਮੁਤਾਬਕ DDPO ਪਟਿਆਲਾ ਜੀ ਦੇ ਹੁਕਮਾਂ ਸਖ਼ਤ ਆ, ਜਿਸ ਤਰ੍ਹਾਂ ਉਹਨਾਂ ਨੇ ਹੁਕਮ ਹੋਏ ਸੀ ਅਸੀਂ SC ਭਾਈਚਾਰੇ ਦੀ ਮੰਗ 'ਤੇ ਉਹਨਾਂ ਦੀ ਜਿਹੜੀ ਬੋਲੀ ਸੀ SC ਧਰਮਸ਼ਾਲਾ ਦੇ ਵਿੱਚ ਕਰਨ ਗਏ ਸੀ, ਪਰ ਉੱਥੇ ਕੁਝ ਕੁ ਸ਼ਰਾਰਤੀ ਅਨਸਰਾਂ ਨੇ ਜਿਹੜਾ ਇਸ ਬੋਲੀ ਦੇ ਵਿੱਚ ਵਿਘਨ ਪਾਇਆ ਅਤੇ ਸਾਡੀ ਜਿਹੜੀ ਪਿੰਡ ਦੀ ਭਾਈਚਾਰਕ ਏਕਤਾ ਹੈ ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਉਸ ਟਾਈਮ ਸਾਡੇ ਇਸ ਗੱਲ 'ਤੇ ਬੜਾ ਮਨ 'ਤੇ ਦੁੱਖ ਲੱਗਿਆ ਜਦੋਂ ਅੰਦਰ ਬੋਲੀ ਬੜੀ ਪੀਸਫੁੱਲ ਤਰੀਕੇ ਨਾਲ ਚੱਲ ਰਹੀ ਸੀ, ਕੁਝ ਲੋਕਾਂ ਵੱਲੋਂ ਬਾਹਰੋਂ ਡੰਡੇ ਰੋੜੇ ਬਰਾਏ ਜਾ ਰਹੇ ਸੀ, ਪਰ ਜਦੋਂ ਅਸੀਂ ਬੋਲੀ ਕਰਕੇ ਬਾਹਰ ਨਿਕਲੇ ਸਾਡੀ ਪੰਚਾਇਤ 'ਤੇ ਅਤੇ ਸਾਡੇ ਸੈਕਟਰੀ ਸਾਹਿਬ 'ਤੇ ਖੁੱਲ੍ਹ ਕੇ ਹਮਲਾ ਹੋਇਆ। ਪਰ ਅਸੀਂ ਤਿੰਨ ਭਾਗੀਆਂ ਪੁਲਿਸ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਅੱਜ ਜਿਹੜੀ ਸਾਡੀ ਇਹ ਬੋਲੀ ਹੈ ਸਿਰੇ ਚੜ੍ਹੀ, ਔਰ ਬਹੁਤ ਵੱਡਾ ਹਾਦਸਾ ਹੁਣ ਸਾਡੇ ਪਿੰਡ 'ਚ। ਸੱਟਾਂ ਥੋੜ੍ਹਾ ਬਹੁਤ ਚਲੋ ਹੋਇਆ, ਕੋਈ ਜ਼ਿਆਦਾ ਨਹੀਂ ਕਹਿ ਸਕਦੇ, ਮੁਲਾਜ਼ਮਾਂ ਦੇ ਜ਼ਿਆਦਾ ਸੱਟਾਂ ਮੁਲਾਜ਼ਮਾਂ ਦੇ ਨਾਲ ਹੱਥ ਪਾਈ। ਖੈਰ, ਜਿਸ ਤਰੀਕੇ ਨਾਲ ਪੰਚਾਇਤੀ ਜ਼ਮੀਨ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਆ ਰਹੀਆਂ ਹਨ, ਫਿਲਹਾਲ ਤਾਜ਼ਾ ਘਟਨਾ ਜਿਹੜਾ ਨਾਭਾ ਬਲਾਕ ਦੇ ਵਿੱਚ ਸਾਹਮਣੇ ਆਈ, ਜਿੱਥੇ SC ਭਾਈਚਾਰੇ ਦੀ 39 ਏਕੜ ਜ਼ਮੀਨ ਨੂੰ ਲੈ ਕੇ ਪੁਲਿਸ ਅਤੇ ਸਥਾਨਕ ਲੋਕਾਂ ਦੇ ਵਿੱਚ ਟਕਰਾਅ ਹੋ ਗਿਆ। ਇਸ ਨੂੰ ਲੈ ਕੇ ਸਾਡੇ ਦਰਸ਼ਕ ਕੀ ਨਜ਼ਰੀਆ ਰੱਖਦੇ ਹਨ, ਕਿਉਂਕਿ ਜਿਸ ਤਰੀਕੇ ਨਾਲ ਪੁਲਿਸ 'ਤੇ ਹਮਲਾ ਕੀਤਾ ਗਿਆ ਉਸ ਨੂੰ ਲੈ ਕੇ ਕੀ ਕਾਰਵਾਈ ਇਹਨਾਂ ਲੋਕਾਂ 'ਤੇ ਹੋਣੀ ਚਾਹੀਦੀ ਹੈ, ਤਮਾਮ ਜੋ ਘਟਨਾਕ੍ਰਮ ਨੂੰ ਲੈ ਕੇ ਤੁਸੀਂ ਆਪਦੇ ਕੀ ਵਿਚਾਰ ਰੱਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube 'ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।